ਲਾਪ੍ਰੀਤ ਨੋਲਾ ਤੇ ਬਿਆਨਤਕੋਰ ਕਨੇਡਾ ਦੇ ਕੇਸ ਵਿੱਚ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਕਨੇਡਾ ਗਈ ਬਿਆਨਤਕੋਰ ਦੀ ਮਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਤੇ ਬਿਆਨਤਕੋਰ ਦੀ ਮਾਂ ਨੂੰ ਕਿਹੜੀਆਂ ਧਰਾਵਾਂ ਤਹਿਤ ਗ੍ਰਿਫਤਾਰ ਕੀਤਾ ਹੈ ਇਹ ਵੀ ਤੁਹਾਨੂੰ ਅਸੀਂ ਅੱਗੇ ਜਾ ਕੇ ਦੱਸਦੇ ਹਾਂ। ਪਹਿਲਾਂ ਇਸ ਕੇਸ ਤੇ ਕੁਝ ਜਾਣਕਾਰੀ ਪਾ ਲਈ ਜਾਵੇ ਜਿਨ੍ਹਾਂ ਲੋਕਾਂ ਨੂੰ ਇਹ ਕੇਸ ਬਾਰੇ ਨਹੀਂ ਪਤਾ। 2019 ਦੇ ਵਿੱਚ ਜਦੋਂ ਲਵਪ੍ਰੀਤ ਨਾਮ ਦੇ ਇੱਕ ਨੌਜਵਾਨ ਦਾ ਵਿਆਹ ਬਿਆੰਤਕੌਰ ਦੀ ਇੱਕ ਲੜਕੀ ਨਾਲ ਹੁੰਦਾ ਹੈ ਬਾਅਦ ਵਿੱਚ ਬਿਆੰਤਕੌਰ ਨੂੰ ਲਵਪ੍ਰੀਤ ਦੇ ਪਰਿਵਾਰ ਵੱਲੋਂ ਪੈਸਾ ਲਗਾ ਕੇ ਬਾਹਰ ਭੇਜ ਦਿੱਤਾ ਜਾਂਦਾ ਹੈ ਕੈਨੇਡਾ ਵਿੱਚ ਪਰ ਇਹ ਕੇਸ ਉਦੋਂ ਜ਼ਿਆਦਾ ਹਾਈਲਾਈਟ ਹੁੰਦਾ ਹੈ ਜਦੋਂ ਲਵਪ੍ਰੀਤ ਨਾਮ ਦਾ ਨੌਜਵਾਨ ਸੁਸਾਈਡ ਕਰ ਲੈਂਦਾ ਹੈ ਤੇ ਲਵਪ੍ਰੀਤ ਦੇ ਪਰਿਵਾਰ ਵੱਲੋਂ ਬਿਆੰਤਕੌਰ ਦੇ ਪਰਿਵਾਰ ਤੇ ਉੱਪਰ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਬਿਆੰਤਕੌਰ ਜਦੋਂ ਦੀ ਕੈਨੇਡਾ ਗਈ ਹੈ ਉਦੋਂ ਦੀ ਹੀ ਉਹ ਲਵਪ੍ਰੀਤ ਨੂੰ ਅਗਨੋਰ ਕਰ ਰਹੀ ਹੈ ਤੇ ਉਸਦੇ ਮੈਸੇਜ ਤੇ ਫੋਨ ਦਾ ਰਿਪਲਾਈ ਨਹੀਂ ਕਰਦੀ ਪਿੰਡ ਵਿੱਚ ਸ਼ਰਮਿੰਦਗੀ ਮਹਿਸੂਸ ਹੋਣ ਤੇ ਤੇ ਦੋਸਤਾਂ ਵੱਲੋਂ ਮਾਰੇ ਗਏ ਤਾਨੇ ਨੂੰ ਨਾ ਸਹਾਰਦਾ ਹੋਇਆ ਲਵਪ੍ਰੀਤ ਸਲਫਾਸ ਖਾ ਕੇ ਉਸ ਸਮੇਂ ਸੁਸਾਈਡ ਕਰ ਗਿਆ ਸੀ। ਉਦੋਂ ਤੇ ਹੀ ਲਵਪ੍ਰੀਤ ਦਾ ਪਰਿਵਾਰ ਇਨਸਾਫ ਲਈ ਜ਼ੋਰ ਲਗਾ ਰਿਹਾ ਸੀ। ਤੁਹਾਨੂੰ ਸਭ ਨੂੰ ਵੀ ਇਹ ਯਾਦ ਹੋਣਾ ਕਿ ਉਸ ਸਮੇਂ ਬਹੁਤ ਕੁਝ ਹੋਇਆ ਸੀ। ਬਿਆਨਤ ਕੌਰ ਉੱਪਰ ਬਹੁਤ ਸਾਰੇ ਸਵਾਲ ਚੁੱਕੇ ਗਏ ਸਨ ਤੇ ਉਸ ਨੂੰ ਕੈਨੇਡਾ ਤੋਂ ਰਿਪੋਰਟ ਕਰਵਾਉਣ ਲਈ ਵੀ ਬਹੁਤ ਜ਼ਿਆਦਾ ਜ਼ੋਰ ਲਾਇਆ ਗਿਆ ਸੀ। ਉਸ ਸਮੇਂ ਬਹੁਤ ਸਾਰੀਆਂ ਅਫਵਾਹਾਂ ਵੀ ਉੱਡਦੀਆਂ ਸਨ। ਪਰ ਹੁਣ ਇਹ ਜਿਹੜੀ ਜਾਣਕਾਰੀ ਹੈ ਇਹ ਬਿਲਕੁਲ ਸੱਚੀ ਤੇ ਸਾਹਮਣੇ ਆ ਰਹੀ ਹੈ ਪੁਲਿਸ ਪੰਜਾਬ ਵੱਲੋਂ ਖੁਦ ਕਿਉਂਕਿ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਬਿਆਨਤਕਾਰ ਕੈਨੇਡਾ ਦੀ ਮਾਂ ਨੂੰ ਧਾਰਾ 420 ਦੇ ਤਹਿਤ ਗ੍ਰਿਫਤਾਰ ਕਰ ਲਿਆ ਗਿਆ ਹੈ ਜਦੋਂ ਦੀ ਲਵਪ੍ਰੀਤ ਦੀ ਮੌਤ ਹੋਈ ਹੈ ਉਸ ਸਮੇਂ ਦੀ ਇੱਕ ਐਸਆਈਟੀ ਬਣੀ ਹੋਈ ਸੀ ਜੋ ਇਸ ਕੇਸ ਦੀ ਜਾਂਚ ਕਰ ਰਹੀ ਸੀ ਉਸੇ ਐਸਆਈਟੀ ਨੇ ਅੱਜ ਬਿਆਨਤਕਾਰ ਕੈਨੇਡਾ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਕਿਉਂਕਿ ਲਵਪ੍ਰੀਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਬਿਆਨਤਕਾਰ ਦੇ ਪਰਿਵਾਰ ਨੇ ਉਹਨਾਂ ਨਾਲ 420 ਕੀਤੀ ਮਤਲਬ ਧੋਖਾਧੜੀ ਕਰਕੇ ਉਹਨਾਂ ਦੇ ਪੈਸੇ ਖਾਦੇ ਗਏ ਜਾਂ ਫਿਰ ਉਹਨਾਂ ਦੇ ਪੈਸੇ ਲਵਾ ਕੇ ਬਿਆਨਤ ਕੌਰ ਨੂੰ ਧੋਖੇ ਨਾਲ ਬਾਹਰ ਭੇਜਿਆ ਗਿਆ ਤੇ ਬਾਅਦ ਵਿੱਚ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ ਇਸੇ ਦੋਸ਼ ਦੇ ਤਹਿਤ ਹੁਣ ਬਿਆਨਤ ਕੌਰ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਕੇਸ ਵਿੱਚ ਅੱਗੇ ਜੋ ਵੀ ਜਾਣਕਾਰੀ ਤੇ ਜੋ ਵੀ ਅਪਡੇਟ ਹੋਊਗੀ ਤੁਹਾਨੂੰ ਇਸੇ ਚੈਨਲ ਤੇ ਮਿਲਦੀ ਰਹੂਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ